ਲਾਈਟਾਂ ਲੂਟਾਂ ਆਪਾਂ ਲਗਵਾਈਆਂ ਸੀ, ਡੈਕੋਰੇਸ਼ਨ ਵਗੈਰਾ ਕਰਾਈ ਸੀ, ਉਹ ਮੈਂ ਤੁਹਾਨੂੰ ਦਿਖਾ ਹੀ ਦਿੰਦਾ। वेलकम टू माई चैनल, किदा सारे, होप तुम सारे वधिया होवोगे। तो अज का ब्लॉग आप स्टार्ट कर रहे हैं, हूँ उठिया भी लेट ही सी अज ते, सो चलो चलते हैं। एक तो आप कार वॉश करवानी है, बहुत गंदी हुई भी जी गड्डी भी, सो मैं क्या चलो धो आईए ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ ਥੋੜ੍ਹੀਆਂ ਜਿਹੀਆਂ। ਸੋ ਜਿਹੜਾ ਆਪਣਾ ਬੈਕ ਟੂ ਬੈਕ ਵਲੋਗ ਨਹੀਂ ਆਉਣ ਡੇ, ਉਹ ਥੋੜ੍ਹਾ ਸ਼ਡਿਊਲ ਬਿਜ਼ੀ ਹੋਣ ਕਰਕੇ ਨਹੀਂ ਆ ਰਹੇ। ਸੋ ਨੈਕਸਟ ਆਪਾਂ ਕਰਾਂਗੇ ਛੇਤੀ। ਆਪਣਾ ਸ਼੍ਰੀਨਗਰ ਵਾਲਾ ਵਲੋਗ ਵੀ ਪੈਂਡਿੰਗ ਪਿਆ ਹਾਲੇ, ਸੋ ਦੋ ਤਿੰਨ ਵਲੋਗ ਹੋਰ ਪਏ ਆਪਣੇ ਦੇ ਕੋਲ, ਸੋ ਆਪਾਂ ਕਰਦੇ ਹਾਂ ਉਹ ਵੀ ਜਲਦੀ। ਸੋ ਟਾਈਮ ਨਹੀਂ ਮਿਲਦਾ, ਬੇਸਿਕਲੀ ਟਾਈਮ ਦੀ ਇਸ਼ੂ ਆਉਂਦਾ ਪਿਆ, ਟਾਈਮ ਮਿਲੇ ਤਾਂ ਵਲੋਗ ਵੀ ਪੈ ਜਾਣ, ਕਿਉਂਕਿ ਮੈਨੂੰ ਹੁੰਦਾ ਕਿ ਵਲੋਗ ਦੀ ਥੋੜ੍ਹੀ ਐਡੀਟਿੰਗ ਕਰਕੇ ਵਧੀਆ ਤਰੀਕੇ ਨਾਲ ਤੁਹਾਡੇ ਅੱਗੇ ਪੇਸ਼ ਕਰਾਂ, ਕਿਉਂਕਿ ਨੋਰਮਲੀ ਵਲੋਗ ਤਾਂ ਹਰੇਕ ਕੋਈ ਪਾਈ ਜਾਂਦਾ ਆ ਅੱਜ ਕੱਲ੍ਹ, ਹੈ ਨਾ। ਕੁਆਲਿਟੀ ਵੀ ਮੈਟਰ ਕਰਦੀ ਆ ਵਲੋਗ ਦੀ ਬਹੁਤ ਜ਼ਿਆਦਾ। ਸੋ ਜਿੱਦਾਂ ਤੁਸੀਂ ਸਾਰੇ ਵਲੋਗ ਨੂੰ ਪਿਆਰ ਦਿੰਦੇ ਆ, ਇਵੇਂ ਹੀ ਸਾਰੇ ਵਲੋਗਾਂ ਨੂੰ ਅੱਗੇ ਵੀ ਪਿਆਰ ਦਿੰਦੇ। ਸੋ ਇੱਥੇ ਕੁਛ ਕੁ ਲੜੀਆਂ ਰਹਿ ਗਈਆਂ ਸੀ, ਮੈਂ ਕਿਹਾ ਇੱਥੇ ਵੀ ਕਿਉਂ ਖਾਲੀ ਛੱਡਣਾ, ਸੋ ਮੈਂ ਘਰ ਜਿਹੜੀਆਂ ਲੜੀਆਂ ਪਈਆਂ ਸੀ ਮੈਂ ਆਪੇ ਪਾ ਦਿੱਤੀਆਂ। ਸੋ ਇਹ ਦੇਖਣ ਨੂੰ ਵੀ ਸੋਹਣੀਆਂ ਲੱਗੂਗੀਆਂ। ਬਾਕੀ ਤੁਹਾਨੂੰ ਹੁਣ ਜਿਹੜਾ ਨਾਈਟ ਦਾ ਵਿਜ਼ਨ ਹੋਊਗਾ ਇਹ ਆਪਾਂ ਇੱਕ ਵਾਰੀ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਕਿੱਦਾਂ ਦਾ ਲੱਗਦਾ ਫਿਰ। ਡੈਕੋਰੇਸ਼ਨ ਵਾਲਾ ਹੀ ਸੀਗਾ, ਸੋ ਮੈਂ ਥੋੜ੍ਹਾ ਮਾਰਕੀਟ ਚੱਲਾ ਸੀਗਾ ਥੋੜ੍ਹੇ। ਵੈਸੇ ਤਾਂ ਆਪਾਂ ਪਟਾਕੇ ਵਗੈਰਾ ਇੰਨੇ ਚਲਾਉਣੇ ਨਹੀਂ ਹੈਗੇ, ਸੋ ਪਰ ਫਿਰ ਵੀ ਸ਼ਗਨ ਦੇ ਤੌਰ 'ਤੇ ਇੱਕ ਦੋ ਫਾਈਵ ਸਟਾਰ ਜਾਂ ਵਨ ਸ਼ੋਟ ਜਾਂ ਕੁਛ ਇੱਦਾਂ ਦਾ ਦੇਖ ਲਵਾਂਗੇ, ਸੋ ਸ਼ਗਨ ਹੀ ਕਰਨਾ ਆਪਾਂ। ਸੋ ਪਹਿਲਾਂ ਆਪਾਂ ਦੇਖਦੇ ਹਾਂ ਜਾਂਦੇ ਹੋਏ ਕਿਰਾਹ ਦੇ ਵਿੱਚੋਂ ਗੱਡੀ ਵਾਸ਼ ਕਰਵਾਉਂਦੇ ਹਾਂ, ਦੈਨ ਉਸ ਤੋਂ ਬਾਅਦ ਆਪਾਂ ਮਾਰਕੀਟ ਦਾ ਥੋੜ੍ਹਾ ਜਿਹਾ ਕੰਮ ਕਰਨਾ ਹੈ, ਠੀਕ ਆ। ਉਸ ਤੋਂ ਬਾਅਦ ਫਿਰ ਆਪਾਂ ਪਟਾਕੇ ਦਿਖਾਉਂਦੇ ਤੁਹਾਨੂੰ। ਪਹੁੰਚ ਗਏ ਪਿੰਡ ਫੁਲੜੀਆ ਜ਼ਿਲ੍ਹੇ ਦੀ ਕਰੀਮ ਦੇ ਵਿੱਚ, ਸ਼ੀਸ਼ਾ ਬਾਹਰਲਾ ਵੀ ਬਹੁਤ ਗੰਦਾ ਆਉਣ ਡਿਆ ਹੋਣਾ, ਕਿਉਂਕਿ ਵਾਈਪਰ ਦੇ ਵਿੱਚ ਵੀ ਬਿਲਕੁਲ ਪਾਣੀ ਖਤਮ ਹੋ ਚੁੱਕਾ ਆ। ਸੋ ਚਲੋ ਮਿਲਦੇ ਹਾਂ, ਗੱਡੀ ਧਵਾਉਣ ਲੱਗੇ ਪਹਿਲਾਂ। ਘਰੋ ਗਿਆ
ਅੱਛਾ ਜੀ ਕਿੰਨਾ ਕੁ ਵੱਖਰਾ ਹੋਈ ਗੱਡੀ ਹੋਈ ਤੋਂ ਕੱਪੜਾ ਵੱਡਾ ਹੈਂਡ ਹੋ ਜੀ ਫਾਈਨਲੀ ਡਨ ਹੋ ਗਈ ਆ ਗੱਡੀ ਧਵਾ ਦਿੱਤੀ ਆ ਠੀਕ ਆ ਸ਼ੀਸ਼ਾ ਵੀ ਐਂ ਸਾਫ ਹੋ ਗਿਆ ਆ ਜਾ ਪਿੱਛੇ ਆ ਜਾ ਠੀਕ ਆ ਅਰੇ ਲੋ ਬੈਟਰੀ ਆ ਗਿਆ ਥੈਂਕਸ ਫੋਰ ਵਾਚਿੰਗ ਲਾਸਟ ਤੱਕ ਵਲੋਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਹਾਂ ਅਗਲੇ ਵਲੋਗ ਦੇ ਨਾਲ Any place that I go, I know you hate that I've been doing fine I'm not wasting any more time I live for the fight and the climb And I think that the pain that's deep inside Is what defines So I won't give up, I'm gonna make it to the